ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ। ਇਹ ਵੀਡੀਓ ਹੈ ਆਪਣੀ ਕਿਸਾਨੀ ਮੋਰਚੇ ਦੇ ਵਿੱਚ ਜੋ ਵੀ ਅੱਜ ਕੱਲ੍ਹ ਪੁਲਿਸ ਵਰਤ ਰਹੀ ਆ ਤੇ ਜਿਹਦੇ ਤੋਂ ਬਚਾਅ ਆਪਾਂ ਕਿੱਦਾਂ ਕਰਨਾ। ਤੁਸੀਂ ਅੱਜ ਕੱਲ੍ਹ ਸਾਰੀਆਂ ਚੀਜ਼ਾਂ ਦੇਖੀਆਂ ਹੋਊਗੀਆਂ ਕਿ ਪੁਲਿਸ ਨੇ ਜਿਹੜੇ ਡਰੋਨ ਵਰਤੇ ਆ ਤੇ ਡਰੋਨਾਂ ਦਾ ਹੱਲ ਵੀ ਕਿਸਾਨਾਂ ਨੇ ਲੱਭ ਲਿਆ, ਪਤੰਗਾਂ ਉਡਾ ਕੇ ਤੇ ਜਾਂ ਫਿਰ ਟੈਨਿਸ ਵਾਲੀਆਂ ਗੇਂਦਾਂ ਦੇ ਨਾਲ ਉਹਨਾਂ ਤੇ ਹਮਲਾ ਕਰਕੇ, ਤੇ ਬਾਕੀ ਜਿਹੜੇ ਅੱਥਰੂ ਗੈਸ ਦੇ ਗੋਲੇ ਸੀਗੇ ਉਹ ਵੀ ਤੁਸੀਂ ਦੇਖ ਲਿਆ ਕਿ ਉਹਨਾਂ ਤੇ ਕਿੱਦਾਂ ਕੰਟਰੋਲ ਪਾਉਣਾ, ਉਹਨਾਂ ਤੇ ਗਿੱਲੀਆਂ ਬੋਰੀਆਂ ਪਾ ਕੇ ਜਾਂ ਪਾਣੀ ਦਾ ਉੱਤੇ ਮਤਲਬ ਕਿ ਪ੍ਰੈਸ਼ਰ ਦੇ ਨਾਲ ਪਾਣੀ ਪਾ ਕੇ ਵੀ ਉਹਨਾਂ ਨੂੰ ਬੁਝਾਇਆ ਗਿਆ। ਤੇ ਜਾਂ ਫਿਰ ਕਈ ਆਪਣੇ ਮੋਰਚੇ ਦੇ ਵਿੱਚ ਜੋ ਨੌਜਵਾਨ ਮੌਜੂਦ ਆ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜਿਹੜੇ ਅੱਥਰੂ ਗੈਸ ਦੇ ਗੋਲੇ ਆ ਉਹ ਚੱਕ ਚੱਕ ਕੇ ਵਾਪਸ ਸਿੱਟੇ। ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜਾ ਅੱਥਰੂ ਗੈਸ ਦਾ ਗੋਲਾ ਆ ਪਹਿਲਾਂ ਉਹਨੂੰ ਫਟਣ ਦਿਓ, ਜਦੋਂ ਤੁਹਾਡੇ ਲਾਗੇ ਡਿੱਗਦਾ ਨਾ ਉਹਨੂੰ ਫਟਣ ਦਿਓ ਕਿ ਤੁਹਾਡੇ ਹੱਥ ਦੇ ਵਿੱਚ ਨਾ ਫਟ ਜਾਵੇ। ਹੱਥ 'ਚ ਫਟੂਗਾ ਤਾਂ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਉਹਦੇ ਨਾਲ, ਉਹਨੂੰ ਫਟਣ ਦਿਓ। ਉਸ ਤੋਂ ਬਾਅਦ ਵਿੱਚ ਉਹਨੂੰ ਸਿੱਟੋ ਜੇ ਉਹਨਾਂ ਦੇ ਪੁਲਿਸ ਵੱਲ ਸਿੱਟਣਾ ਵੀ ਆ, ਤੇ ਬਾਕੀ ਆਪਦਾ ਬਚਾਅ ਕਰਕੇ ਰੱਖੋ, ਹੁੱਲੜਬਾਜ਼ੀ ਨਾ ਕਰਿਓ ਕਿਉਂਕਿ ਗੌਰਮੈਂਟ ਮੌਕਾ ਭਾਲਦੀ ਪਈ ਹੈ ਕਿ ਤੁਸੀਂ ਥੋੜ੍ਹੀ ਬਹੁਤੀ ਵੀ ਹੁੱਲੜਬਾਜ਼ੀ ਕਰੋ, ਥੋੜ੍ਹਾ ਬਹੁਤਾ ਵੀ ਇੱਧਰ ਉੱਧਰ ਭਟਕੋ ਤਾਂ ਉਹ ਤੁਹਾਡੇ ਤੇ ਹਮਲਾ ਕਰ ਸਕਣ। ਬਾਕੀ ਰਹੀ ਗੱਲ ਕਿ ਹੁਣ ਇੱਕ ਨਵਾਂ ਯੰਤਰ ਖਰੀਦਿਆ ਗੌਰਮੈਂਟ ਨੇ ਜਿਹਨੂੰ ਕਿ ਲਰਾਡ ਕਿਹਾ ਜਾਂਦਾ। ਲਰਾਡ ਦਾ ਮਤਲਬ ਆ ਕਿ ਇਹ ਡਿਵਾਈਸ 2000 ਈਸਵੀ ਦੇ ਵਿੱਚ ਅਮੈਰੀਕਾ ਦੀ ਗਵਰਨਮੈਂਟ ਨੇ ਬਣਾਇਆ ਸੀਗਾ, ਤੇ ਅਮੈਰੀਕਾ ਦੇ ਇਹਦੀ ਖੋਜ ਹੋਈ। ਅੱਜ ਕੱਲ੍ਹ ਬਹੁਤ ਦੇਸ਼ਾਂ ਦੀ ਪੁਲਿਸ ਦੇ ਕੋਲ ਆ, ਚੈੱਕ ਰਿਪਬਲਿਕ, ਪੋਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਹੋਰ ਵੀ ਬਹੁਤ ਦੇਸ਼ ਆ ਜਿਨ੍ਹਾਂ ਤੇ ਹੁਣ ਤੁਸੀਂ ਇਹਨਾਂ ਨੂੰ LRAD ਇਹ ਤੁਸੀਂ ਗੂਗਲ ਤੇ ਚੈੱਕ ਕਰ ਸਕਦੇ ਹੋ ਦਾ ਮਤਲਬ ਕੀ ਆ, ਤੇ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਆ। ਤੇ ਬਾਕੀ ਲਰਾਡ ਆਪਣੇ ਇਸ ਟਾਈਮ ਇੰਡੀਅਨ ਗਵਰਨਮੈਂਟ ਨੇ ਵੀ ਖਰੀਦ ਲਿਆ, ਹਰਿਆਣਾ ਪੁਲਿਸ ਨੂੰ ਵੀ 5 ਲਰਾਡ ਪ੍ਰੋਵਾਈਡ ਕਰ ਦਿੱਤੇ ਆ। ਇਹ ਡਿਵਾਈਸ ਉਹਨਾਂ ਨੇ ਆਪਣੇ ਗੱਡੀਆਂ ਦੇ ਉੱਪਰ ਲਾ ਲਿਆ, ਤੇ ਇਹ ਡਿਵਾਈਸ ਦਾ ਕੰਮ ਇਹ ਆ ਕਿ ਇਹ ਬਹੁਤ ਜ਼ਿਆਦਾ ਉੱਚੀ ਇਹਦੇ ਵਿੱਚੋਂ ਆਵਾਜ਼ ਨਿਕਲਦੀ ਆ, ਬਹੁਤ ਜ਼ਿਆਦਾ ਹਾਈ ਫ੍ਰੀਕੁਐਂਸੀ ਦੀ ਆਵਾਜ਼ ਨਿਕਲਦੀ ਆ, ਤੇ ਜਿਹਦੇ ਨਾਲ ਕਿ ਆਪਣੇ ਕੰਨ ਦੇ ਪਰਦੇ ਵੀ ਪਾੜ ਸਕਦੇ ਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਇਹਦੀ ਰੇਂਜ ਵੀ ਬਹੁਤ 13-14 ਕਿਲੋਮੀਟਰ ਤੱਕ ਵੀ ਹੁੰਦੀ ਆ। ਇਹ ਜਦੋਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਕਈ ਵਾਰ ਉਹਦੇ ਪਾਇਰੇਟਸ ਵਗੈਰਾ ਹਮਲਾ ਕਰਦੇ ਆ, ਇਹ ਉਹਨਾਂ ਨੂੰ ਭਜਾਉਣ ਲਈ ਵੀ ਕਾਰਗਰ ਵਰਤਿਆ ਜਾਂਦਾ ਇਹ, ਤੇ ਇਹਦਾ ਬਹੁਤ ਜ਼ਿਆਦਾ ਉਹਨਾਂ ਲਈ ਲਾਭਦਾਇਕ ਵੀ ਆ। ਪਰ ਇਹ ਹੁਣ ਗਵਰਨਮੈਂਟ ਆਪਣੀ ਕਿਸਾਨਾਂ ਦੇ ਖਿਲਾਫ ਵਰਤ ਸਕਦੀ ਇਹਨਾਂ ਨੂੰ ਇੱਥੋਂ ਭਜਾਉਣ ਲਈ, ਕਿਉਂਕਿ ਲਰਾੜ ਦਾ ਇਦਾਂ ਕਿ ਆਪਣੇ ਜਿਹੜੇ ਕੰਨ ਆ ਉਹ ਸਿਰਫ 120 dB, dB ਮਤਲਬ ਕਿ ਡੈਸੀਬਲ ਦੀ ਜਿਹੜੀ ਧੁਨੀ ਆ ਉਹਨੂੰ ਹੀ ਸਹਿਣ ਕਰ ਸਕਦੇ ਆ, ਤੇ ਪਰ ਲਰਾੜ ਦੀ ਜਿਹੜੀ ਧੁਨੀ ਆ ਉਹ ਹੈਗੀ ਆ 160 dB, 160 dB ਤੱਕ। ਤੇ ਲਰਾੜ ਤੋਂ ਬਚਣ ਲਈ ਸਪੈਸ਼ਲ ਇੱਕ ਤੁਹਾਨੂੰ ਈਅਰਬਡਸ ਖਰੀਦਣੇ ਪਊਗੇ, ਕਿਉਂਕਿ 5 ਲਰਾੜ ਜਿਹੜੇ ਆ ਗਵਰਨਮੈਂਟ ਨੇ ਹਰਿਆਣਾ ਪੁਲਿਸ ਨੂੰ ਦੇ ਦਿੱਤੇ ਆ, ਤੇ 1 ਲਰਾੜ ਦੀ ਕੀਮਤ ਆ 30 ਲੱਖ ਇੰਡੀਅਨ ਰੁਪਏ ਦੇ ਵਿੱਚ। ਤੁਸੀਂ ਉਹਨਾਂ ਤੋਂ ਬਚੋਗੇ ਤੇ ਤੁਹਾਨੂੰ ਹੈੱਡਫੋਨ ਲਾਉਣੇ ਪੈਣੇ ਆ, ਤੁਹਾਨੂੰ ਮਤਲਬ ਕਿ ਉਹਦੇ ਸਪੈਸ਼ਲ ਈਅਰਬਡਸ ਖਰੀਦਣੇ ਪੈਣੇ ਆ, ਤੇ ਤਾਂ ਕਰਕੇ ਤੁਸੀਂ ਕਿਉਂਕਿ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਡਰੋਨ ਅਟੈਕ ਵੀ ਹੋ ਗਿਆ ਤੇ ਰਬੜ ਦੀਆਂ ਗੋਲੀਆਂ ਵੀ, ਦੂਜੀਆਂ SLR ਦੀਆਂ ਗੋਲੀਆਂ ਵੀ ਉਹਨਾਂ ਨੇ ਮਾਰ ਦਿੱਤੀਆਂ, ਤੇ ਪਾਣੀ ਦੀਆਂ ਬੁਛਾੜਾਂ ਵੀ ਕਰ ਦਿੱਤੀਆਂ ਜਿਹਦੇ ਵਿੱਚ ਕਿ ਇੱਕ ਗੁਲਾਬੀ ਰੰਗ ਦਾ ਪਾਣੀ ਸੀਗਾ, ਪਿੰਕ ਵਾਟਰ ਸੀ, ਜਿਹਦੇ ਨਾਲ ਸਕਿਨ ਤੇ ਵੀ ਬਹੁਤ ਜ਼ਿਆਦਾ ਰੈਸ਼ ਹੁੰਦੇ ਸੀਗੇ। ਤੇ ਇਹ ਹੁਣ ਲਰਾੜ ਤੋਂ ਬਚਣ ਲਈ ਤੁਹਾਨੂੰ ਇੱਕ ਈਅਰਫੋਨਸ, ਤੁਹਾਨੂੰ ਇੱਕ ਈਅਰਬਡਸ ਤੁਹਾਨੂੰ ਖਰੀਦਣੇ ਪਊਗੇ। ਆਪਣੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਏਕਤਾ ਵਾਲੇ ਆ ਇਹ ਧਰਨਾ ਕਰੀ ਆ, ਉਹਨਾਂ ਨੂੰ ਇਹ ਪ੍ਰੋਵਾਈਡ ਕਰੋ ਜਿੰਨਾ ਵੀ ਕਰ ਸਕਦੇ ਆ। ਤੇ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ, ਤੇ ਜਿਹੜਾ ਪ੍ਰੋਟੈਸਟ ਆ ਉਹਨੂੰ ਪੀਸਫੁਲੀ ਬਣਾਈ ਰੱਖੋ, ਕਿਉਂਕਿ ਬਾਕੀ ਇਹ ਵੀ ਹੋ ਸਕਦਾ ਕਿ ਗਵਰਨਮੈਂਟ ਜਾਂ ਪੁਲਿਸ ਵਾਲੇ ਆਪਦੇ ਨਕਲੀ ਤੁਹਾਡੇ ਮਤਲਬ ਕਿ ਸਿਵਲ ਵਰਦੀ ਦੇ ਵਿੱਚ ਤੁਹਾਡੇ ਪ੍ਰੋਟੈਸਟ ਦੇ ਵਿੱਚ ਲੋਕਾਂ ਨੂੰ ਵਾੜ ਦੇਵੇ ਤੇ ਉਹ ਹੁੱਲੜਬਾਜ਼ੀ ਕਰਨ, ਤੇ ਹੁੱਲੜਬਾਜ਼ੀ ਦਾ ਕਰਕੇ ਸਾਰੇ ਪ੍ਰੋਟੈਸਟ ਨੂੰ ਨੁਕਸਾਨ ਹੋ ਸਕਦਾ। ਤੇ ਤੁਸੀਂ ਆਪਦੇ ਜਿਹੜੇ ਆ ਮੰਗਾਂ ਮੰਗਣੀਆਂ ਤੇ ਉਹ ਤੁਸੀਂ ਉਹ ਮੰਗਾਂ ਤੋਂ ਵੀ ਜਾਓਗੇ, ਕਿਉਂਕਿ ਕੁਝ ਭੱਜ ਜਾਣਗੇ, ਕੁਝ ਜ਼ਖਮੀ ਵੀ ਹੋਣਗੇ ਜੇ ਮੰਨ ਲਓ ਕੋਈ ਹਿੱਲੜਬਾਜ਼ੀ ਕਰਦਾ ਉਹਦੇ ਵਿੱਚ। ਬਾਕੀ ਤੁਸੀਂ ਆਪਦਾ ਸਾਰੇ ਜਾਣੇ ਆਪਦਾ ਜ਼ਰੂਰ ਧਿਆਨ ਰੱਖੋ ਇਹ ਚੀਜ਼ ਦਾ।
ਤੇ ਲਰਾੜ ਤੋਂ ਬਚਣ ਲਈ ਵੀ ਮੈਂ ਸਕਰੀਨ ਤੇ ਸ਼ੇਅਰ ਕਰੂੰਗਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਵਰਤ ਸਕਦੇ ਹਾਂ ਆਪਦੇ ਕੰਨਾਂ ਦੇ ਪੜਦੇ ਪੱਟ ਨੂੰ ਬਚਾਉਣ ਲਈ। ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ।